हाँ जी जनाब, की हाल चाल है जी। मेरा नाम है सावन, तुसी देख रहे हो अपना चैनल मिस्टर सुनेद। आज दी वीडियो शूट होने वाली है जी कार पॉइंट्स दे नाल नाल अपने साहिल। की हाल है जी? बहुत वधिया वधिया, तुसी दसो। माड़ा अपना इंट्रोडक्शन दिओ जी। मेरा नाम जी साहिल शर्मा, कार पॉइंट दा ओनर, ते अज सुनेद जगपाल जी अपने नाल आए हुए ने, ते अज आपां वीडियोज रिव्यू करन लगे हां। ਤੁਸੀਂ ਆਪਣਾ ਨੰਬਰ ਦੇ ਦਿਓ ਜੀ, ਕੋਈ ਗੱਡੀ ਪਸੰਦ ਆਉਂਦੀ ਹੈ ਤਾਂ ਕਿਹਨੂੰ ਕੰਟੈਕਟ ਕਰਨਾ? ਭਾਜੀ ਨੰਬਰ ਮੇਰਾ ਵੀ ਲੈ ਲਓ, ਮੇਰੇ ਡੈਡ ਦਾ ਵੀ ਹੁੰਦਾ ਵਾ, ਅਤੇ ਦੱਸ ਦਿਓ ਦੋਨੋਂ ਨੰਬਰ ਡਿਪਾਰਟਮੈਂਟ। ਇੱਦਾਂ ਕਰੋ, ਮੈਂ ਤੁਹਾਨੂੰ ਥੱਲੇ ਡਿਸਕ੍ਰਿਪਸ਼ਨ 'ਚ ਪਾ ਦੂੰਗਾ, ਨਹੀਂ ਤਾਂ ਇੱਥੇ ਫਲੈਸ਼ ਹੋ ਰਿਹਾ ਹੋਊਗਾ, ਤੁਸੀਂ ਉੱਥੇ ਕੰਟੈਕਟ ਕਰ ਲਿਓ, ਨੰਬਰ ਇਹਨਾਂ ਦਾ ਮਿਲ ਜੂਗਾ। ਠੀਕ ਹੈ ਜੀ? ਅਤੇ ਗੱਡੀਆਂ ਆਪਣਾ ਹੁਣ ਜਿਹ 'ਚ ਬੈਠੇ ਹੈਗੀ ਆ ਫੋਰਚੂਨਰ। ਹਾਂਜੀ ਭਾਜੀ। ਕਿੱਥੋਂ ਸ਼ੁਰੂ ਹੋ ਜਾਂਦੀ, ਕਿੱਥੇ ਤੱਕ ਖਤਮ ਹੋ ਜਾਂਦੀ, ਕੋਈ ਸਲੈਬ ਹੈ ਆਪਣੀ? ਭਾਜੀ ਲੱਖ ਤੋਂ ਸ਼ੁਰੂ ਹੋਈ ਨਹੀਂ ਮੇਰੇ ਕੋਲ ਕਾਰ। 1 ਲੱਖ ਤੋਂ ਸ਼ੁਰੂ ਹੋ ਜਾਂਦੇ ਆ? 1 ਲੱਖ ਤੋਂ ਲੈ ਕੇ 33 ਲੱਖ ਦੇ ਬਜਟ ਤੱਕ ਆਪਣੇ ਕੋਲ ਕਾਰਾਂ ਖੜੀਆਂ ਨੇ। ਜੀ ਅੱਜ ਦੀ ਵੀਡੀਓ ਸ਼ੁਰੂ ਕਰਦੇ ਜੀ ਫੋਰਚੂਨਰ ਕੋਲੋਂ। ਦੱਸਿਓ ਜੀ ਡਿਟੇਲ ਇਹਦੀ। ਭਾਜੀ ਇਹ 2018 ਮਾਡਲ ਫਸਟ ਓਨਰ, ਅਤੇ ਲੁਧਿਆਣਾ ਨੰਬਰ, ਲੁਧਿਆਣਾ ਨੰਬਰ, ਫਸਟ ਓਨਰ, ਫੁੱਲ ਇੰਸ਼ੋਰੈਂਸ ਹੈ ਕਾਰ ਦੀ, ਨਿਊ ਸ਼ੇਪ, ਫੁੱਲ ਇੰਸ਼ੋਰਡ। ਹਾਂਜੀ ਭਾਜੀ। ਇਹ 4x2 ਆਟੋਮੈਟਿਕ ਹੈ। ਆਟੋਮੈਟਿਕ ਗੱਡੀ ਆ, 4x2। 4x2 ਹਾਂਜੀ। 33 ਲੱਖ ਦੀ ਡਿਮਾਂਡ ਹੈ। ਡਿਮਾਂਡ 33 ਲੱਖ ਦੀ, ਬਾਕੀ ਕਹਿੰਦੇ ਮੌਕੇ 'ਤੇ ਹੋ ਜੂਗਾ, ਹੋ ਜੂਗਾ ਜੀ। ਫਿਰ ਆਏ ਤੇ ਸਕਾਰਪੀਓ ਦੱਸਿਓ ਜੀ। ਇਹ ਭਾਜੀ 2020 ਮਾਡਲ ਹੈ। 2020? ਹਾਂਜੀ ਠੀਕ ਹੈ। ਸਾਡੇ 17 ਲੱਖ ਦੀ ਡਿਮਾਂਡ ਹੈ। ਕਿੰਨੀ ਹੈ? S10? S9। S9 ਹਾਂਜੀ। ਕਿੰਨੀ ਡਿਮਾਂਡ ਆ? 17.5 ਲੱਖ। 17.5 ਲੱਖ ਦੀ ਡਿਮਾਂਡ ਹੈ ਜੀ। ਫਸਟ ਓਨਰ ਹਾਂਜੀ, ਫੁੱਲ ਇੰਸ਼ੋਰੈਂਸ ਕਾਰ ਦੀ, ਫੁੱਲ ਇੰਸ਼ੋਰਡ ਮਾਡਲ, ਅਤੇ ਨਾਲ ਟਾਇਰ ਨਾਲ ਲੱਗੇ ਹੋਏ ਨੇ, ਅਲੋਏ ਲੱਗੇ ਹੋਏ ਨੇ, ਤੁਸੀਂ ਦੇਖ ਸਕਦੇ ਹੋ। ਫਿਰ ਇੰਜੀਆ ਜੀ ਆਰਟੀਕਾ ਦੱਸਿਓ ਜੀ। ਇਹ 2020 ਮਾਡਲ ਆ ਭਾਜੀ, ਸੇਮ ਸਕੋਰਪੀਓ ਵਾਂਗੂ, ਇਹ 1 ਸਾਲ ਅੱਗੇ ਰਜਿਸਟਰਡ ਹੈ। ਇਹ 2020 ਮਾਡਲ, 2021 ਰਜਿਸਟਰਡ, ਪਹਿਲੇ ਨਾਂ 'ਤੇ 32 ਅਸਲੀ ਕਾਰ, ਪੈਟਰੋਲ ਪਲੱਸ CNG ਵਾਲਾ ਵੇਰੀਅੰਟ, 13.5 ਲੱਖ ਦੀ ਕਾਰ ਔਨ ਰੋਡ ਹੈ, 6 ਮਹੀਨੇ ਦੀ ਵੇਟਿੰਗ ਆ, ਪਰ ਸਾਡੇ ਕੋਲ ਨਾਲ ਦੀ ਨਾਲ ਅਵੇਲੇਬਲ। ਚੱਕੋ ਹੁਣੇ ਠੀਕ ਹੈ ਜੀ। 10.5 ਲੱਖ ਗੱਡੀ ਡਿਮਾਂਡ ਹੈ, ਬਾਕੀ ਨੈਗੋਸ਼ੀਏਬਲ ਹੈ ਜੀ। ਬਾਕੀ ਕੋਈ ਤੁਹਾਡਾ ਨਾਮ ਲੈ ਕੇ ਆ ਜਾਵੇ ਤਾਂ ਹੋਰ ਹੋ ਜੂਗਾ, ਬਾਕੀ ਲੋਨ ਕਹੋਗੇ ਉਹ ਵੀ ਅਵੇਲੇਬਲ ਹੈਗਾ ਵਾ। ਬਾਕੀ ਤੁਸੀਂ 60-70 ਹਜ਼ਾਰ ਲਿਆਇਓ, ਗੱਡੀ ਲੈ ਜਾਇਓ, ਲੋਨ ਕਰਾ ਦੇਣਗੇ ਬਾਕੀ ਦਾ। ਫਿਰ ਆਏ ਜੀ ਡਸਟਰ ਦੱਸਿਓ ਜੀ। ਡਸਟਰ ਭਾਅ ਜੀ 2014 ਮਾਡਲ, 2015 ਰਜਿਸਟਰਡ, ਫਸਟ ਓਨਰ, ਅਤੇ ਇੰਸ਼ੋਰੈਂਸ ਵੀ ਖਤਮ ਹੈ ਪਹਿਲੇ ਨਾਂ 'ਤੇ, 70 ਹਜ਼ਾਰ ਦੇ ਕੋਲ ਚੱਲੀ ਹੋਈ ਹੈ, 85 BHP ਵਾਲੀ। 85 BHP ਵਾਲੀ? ਹਾਂ, ਇਹਦੀ ਐਵਰੇਜ ਜ਼ਿਆਦਾ ਹੁੰਦੀ ਹੈ ਭਾਅ ਜੀ, ਪਹਿਲੇ ਨਾਂ ਦੀ ਹੈ। ਡਿਮਾਂਡ ਕੀ ਹੋਣ ਵਾਲੀ ਹੈ ਜੀ? 4.5 ਲੱਖ। 4.5 ਲੱਖ ਦੀ ਡਸਟਰ ਜਿਹੜੀ, ਇਹ ਨਵੀਂ ਕਿੰਨੇ ਦੀ ਆਉਂਦੀ ਸੀ ਭਾਅ ਜੀ? ਨਵੀਂ ਤਾਂ ਕਾਰ 7-8 ਲੱਖ ਦੀ ਹੈ। 7-8 ਲੱਖ ਦੀ, ਮਤਲਬ ਅੱਧੋ ਅੱਧ ਦੇ ਵਿੱਚ ਪਹੁੰਚ ਗਿਆ ਕੰਮ। ਫਿਰ ਆਉਂਦੀ ਹੈ ਜੀ ਡਿਜ਼ਾਇਰ, ਦੱਸਿਓ ਜੀ। ਇਹ ਭਾਅ ਜੀ 2018 ਮਾਡਲ, 18 ਮਾਡਲ ਹਾਂਜੀ, ਅਤੇ ਅਲੋਏ ਟਾਇਰ ਲੱਗੇ ਗੱਡੀ ਦੇ ਨਾਲ, ਤੁਸੀਂ ਕਾਰ ਚੈੱਕ ਕਰੋ, ਪਹਿਲੇ ਨਾਂ 'ਤੇ ਆ, ਫੁੱਲ ਇੰਸ਼ੋਰੈਂਸ, ਅਤੇ ਓਨਰ ਫਸਟ ਓਨਰ, ਫਸਟ ਓਨਰ। 6,75,000 ਗੱਡੀ ਡਿਮਾਂਡ ਹੈ ਜੀ। 6,75,000 ਦੀ ਡਿਮਾਂਡ ਆ, ਬਾਕੀ ਮੌਕੇ 'ਤੇ ਹੋ ਜੂਗਾ, ਨੈਗੋਸ਼ੀਏਬਲ ਭਾਅ ਜੀ। ਜੀ ਸਿਆਜ਼ ਦੱਸਿਓ ਜੀ। ਸਿਆਜ਼ ਭਾਅ ਜੀ 2017 ਮਾਡਲ ਹੈ ਇਹ, ਫਸਟ ਓਨਰ, ਅਤੇ VDI ਪਲੱਸ ਵਾਲਾ ਵੇਰੀਅੰਟ ਹੈ, 2 ਏਅਰਬੈਗ ਵਾਲਾ। ਠੀਕ ਹੈ। ਅਤੇ ਆਪਾਂ ਨੂੰ ਇਹ ਗੱਡੀ 6,60,000 ਦੇ ਕੋਲ ਮਿਲ ਜਾਏਗੀ। 6,60,000 ਦੀ ਕਾਰ ਤੁਹਾਨੂੰ ਸਿਆਜ਼, ਫਸਟ ਮੈਨੂਅਲ ਗੱਡੀ, ਹਾਂਜੀ, ਫਸਟ ਓਨਰ, ਹਾਂਜੀ, ਇੰਸ਼ੋਰੈਂਸ, ਇੰਸ਼ੋਰੈਂਸ ਥਰਡ ਪਾਰਟੀ ਪਈ ਹੈ, ਥਰਡ ਪਾਰਟੀ ਪਈ ਆ। ਹੋਂਡਾ ਸਿਟੀ 0011, ਪਹਿਲਾਂ ਤਾਂ ਨੰਬਰ ਹੀ ਦੇਖੋ ਕੀ ਆ ਨੰਬਰ, ਅਤੇ ਇਨਫੋਰਮੇਸ਼ਨ ਦਿਓਗੇ ਜੀ, ਦੱਸੋ। ਫਸਟ ਓਨਰ ਹੈ ਜੀ, ਹੋਂਡਾ ਸਿਟੀ 20 ਵੇਰੀਅੰਟ, ਟੋਪ ਮਾਡਲ। ਫਸਟ ਓਨਰ 20 ਵੇਰੀਅੰਟ, ਟੋਪ ਵਾਲਾ ਮਾਡਲ ਹੈ, ਬਿਲਕੁਲ ਟੋਪ ਵਾਲਾ। ਹਾਂ, ਅਤੇ ਟਾਇਰ ਨਵੇਂ ਪਏ ਹੋਏ ਨੇ, ਟਾਇਰ ਨਵੇਂ, ਅਤੇ 6.5 ਲੱਖ ਗੱਡੀ ਡਿਮਾਂਡ ਹੈ, ਬਾਕੀ 6 ਲੱਖ ਦੀ ਡਿਮਾਂਡ। ਹਾਂਜੀ ਭਾਅ ਜੀ, ਠੀਕ ਹੈ, ਬਾਕੀ ਨੈਗੋਸ਼ੀਏਬਲ ਹੈ ਜੀ, ਮੌਕੇ 'ਤੇ ਕਰਨਗੇ। ਫਿਰ ਆਉਂਦੇ ਜੀ ਵਰਨਾ, ਦੱਸਿਓ ਜੀ। ਵਰਨਾ ਭਾਅ ਜੀ 2013 ਮਾਡਲ, 1.6 SX, 2 ਏਅਰਬੈਗ ਵਾਲੀ ਹੈ ਇਹ, 77 ਚੱਲੀ ਹੈ, ਲੁਧਿਆਣਾ ਨੰਬਰ, ਲੋਕਲ, ਫਸਟ ਓਨਰ, ਅਤੇ 5.5 ਲੱਖ ਗੱਡੀ ਡਿਮਾਂਡ ਹੈ। 5.5 ਲੱਖ ਦੀ ਡਿਮਾਂਡ ਆ, 5.5 ਡਿਮਾਂਡ ਹੈ ਜੀ, ਬਾਕੀ ਨੈਗੋਸ਼ੀਏਬਲ ਹੈ ਜੀ, ਬਾਕੀ ਨੰਬਰ ਸਾਰਿਆਂ ਦੇ ਵਧੀਆ ਰੱਖੇ ਹੋਏ ਨੇ, 8008 ਨੰਬਰ ਤਾਂ ਬਾਈ ਚੁਣ ਕੇ ਲਿਆਉਂਦੇ ਹੋਏ ਨੇ ਨੰਬਰ ਸਾਰਿਆਂ ਦੇ, ਇਹਨਾਂ ਦਾ ਕੋਈ ਪੈਸਾ ਨਹੀਂ ਹੈਗਾ, ਨੰਬਰ ਫ੍ਰੀ ਨੇ, ਗੱਡੀਆਂ ਦਾ ਮੁੱਲ ਤਾਂ ਅਮੇਜ਼ ਆ। 2013 ਮਾਡਲ, ਸੈਕਿੰਡ ਓਨਰ ਹੈ ਕਾਰ, ਠੀਕ ਹੈ, ਅਤੇ 3,45,000 ਦੇ ਪਸੰਦ ਗੱਡੀ ਛੱਡ ਦਾਂਗੇ ਜੀ। 3,45 ਦੀ? ਹਾਂਜੀ ਭਾਅ ਜੀ, ਯੈਸ ਨੋ, 3,45 ਦੀ ਕਾਰ ਸਾਡੀ। ਹਾਂ ਯਾਰ, ਨਾਲ ਵਾਲਾ ਰੇਟ ਹੀ ਆ ਜੀ, ਇਹਦੇ ਵਿੱਚ ਕੋਈ ਬਹਿਸ ਨਹੀਂ ਹੈਗੀ, ਆਓ, ਇੰਨੇ ਦੀ ਮਨਜ਼ੂਰ ਆ, ਗੱਡੀ ਦੀ ਚਾਬੀ ਫੜੋ, ਘੁੰਮਣ ਜਾਓ। ਫਿਰ ਆਉਂਦੇ ਜੀ ਰੇਟਸ, ਦੱਸਿਓ ਜੀ। ਇਹ ਭਾਅ ਜੀ ਰੇਟਸ ਹੈ 2010 ਮਾਡਲ, ਸੈਕਿੰਡ ਓਨਰ ਹੈ, 92 ਚੱਲੀ ਹੈ, ਓਰੀਜਨਲ ਰਿਕਾਰਡ ਨਾਲ, ਅਤੇ ਓਰੀਜਨਲ ਇੰਜਨ ਨਾਲ,
पहले ना ते नहीं दूसरे ना तो सेकंड ओनर ते 92 चली हुई है ठीक है 2,25,000 की डिमांड है बाकी नेगोशिएबल है जी 2,25,000 बजट वाला डिमांड है जो कोई चाहता पहली गड्डी लेना तो कंसीडर कर सकता फिर आई फोर्ड फिगो दस्सियो जी फिगो भाजी 2014 मॉडल दूजे ना ते 98,000 चली ओरिजिनल इंजन ते इंश्योरेंस भी पई है नहीं पई दूजे ना ते अच्छा सेकंड ओनर आ इंश्योरेंस अजे हैगी हाँ जी इंश्योरेंस पई है जी ते पैसे बचन गए 2,75,000 की गड्डी डिमांड है 2,75,000 की डिमांड है हाँ जी बाकी नेगोशिएबल है जी बाकी मौके ते हो जाऊगा थोड़ा होर मान कर देंगे जगपाल भाजी नाम लेके आओ मिस्टर सुनीत को आके तो डिमांड आऊंगी तड़ी तो फिर रेट का कहते हैं गुंजाइश हो जाऊगी।